ਦੋਸਤੋ, ਅਸੀਂ ਸ਼ਹੀਦੀ ਵੀ ਮਨਾ ਲਿਆ। ਦੇਖੋ, 23 ਤਰੀਕ, 24 ਤਰੀਕ, 25 ਤਰੀਕ ਸ਼ਹੀਦੀ ਮਨਾਉਣ ਤੋਂ ਬਾਅਦ ਅਸੀਂ ਨਵਾਂ ਸਾਲ ਵੀ ਮਨਾ ਲਿਆ, ਜਸ਼ਨ ਵੀ ਮਨਾ ਲਿਆ। ਤੁਸੀਂ ਕਹੋਗੇ ਕਿ ਦੂਸਰਾ ਐਪੀਸੋਡ ਜੋ ਬਰਗਾੜੀ ਬਹਿਬਲ ਕਲਾ ਕੋਟਕਪੂਰਾ ਦਾ ਸੀਗਾ ਉਹ ਆਇਆ ਨਹੀਂ, ਲੇਕਿਨ ਤੁਸੀਂ ਦੇਖੋ, ਮੇਰਾ ਇਹ ਮਕਸਦ ਸੀਗਾ ਕਿ ਸ਼ਹੀਦੀ ਹਫ਼ਤੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਾ ਕਰੀਏ, ਲੇਕਿਨ ਇਹ ਮੁੱਦਾ ਵੀ ਜਿਹੜਾ ਹੈ ਇਹ ਉਸੇ ਦੇ ਨਾਲ ਸੰਬੰਧ ਰੱਖਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਹਨਾਂ ਦੇ 4 ਸਾਹਿਬਜ਼ਾਦੇ ਸ਼ਹੀਦ ਹੋਏ ਸਨ, ਉਹਨਾਂ ਨੇ ਇਹੀ ਕਿਹਾ ਸੀ ਕਿ 4 ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਇਹ ਕਿਹਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਤੁਸੀਂ ਦੇਖੋ, ਸ਼ਹੀਦੀ ਹਫ਼ਤਾ ਵੀ ਬੀਤ ਗਿਆ, ਨਵੇਂ ਸਾਲ ਦਾ ਜਸ਼ਨ ਵੀ ਬੀਤ ਗਿਆ, ਔਰ ਜੋ ਬੇਅਦਬੀ ਹੋਈ ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਹੋਇਆ 2015 ਦੇ ਵਿੱਚ, ਇਹ ਨਵਾਂ ਸਾਲ ਸ਼ੁਰੂ ਹੋ ਗਿਆ। ਇਨਸਾਫ਼ ਨਹੀਂ ਮਿਲਣੀ ਹੈ, ਮੈਂ ਪਹਿਲਾਂ ਵੀ ਕਿਹਾ ਸੀ ਕਿ ਇਨਸਾਫ਼ ਮਿਲਣਾ ਨਹੀਂ ਹੈ, ਲੇਕਿਨ ਇਸ ਮੁੱਦੇ 'ਤੇ ਰਾਜਨੀਤੀ ਜੋ 2015 ਤੋਂ ਚੱਲਦੀ ਆ ਰਹੀ ਹੈ, ਆਜ ਤੱਕ ਜਾਰੀ ਹੈ, ਔਰ ਕਦੋਂ ਤੱਕ ਇਹ ਚੱਲਦਾ ਰਹੇਗਾ ਸਿਲਸਿਲਾ ਮੈਨੂੰ ਨਹੀਂ ਪਤਾ ਹੈ। ਅੱਜ ਸਿਰਫ ਮੈਂ ਕਾਨੂੰਨੀ ਪੱਖ ਦੀ ਗੱਲ ਕਰਾਂਗਾ, ਕਿਉਂਕਿ ਮੋਰਚੇ ਵਾਲੇ ਨੇ ਆਪਣਾ ਮੋਰਚਾ ਐਲਾਨ ਕਰ ਦਿੱਤਾ ਕਿ ਉਹਨਾਂ ਨੇ ਮੋਰਚਾ ਖਤਮ ਕੀਤਾ। ਹਾਲਾਂਕਿ ਇਸ ਤਰੀਕੇ ਦਾ ਕੋਈ ਮੋਰਚਾ ਉੱਥੇ ਨਹੀਂ ਸੀਗਾ, ਮੋਰਚਾ ਪਹਿਲਾਂ ਹੀ ਖਤਮ ਹੋ ਗਿਆ ਸੀ। ਇੱਕ ਰਾਜਨੀਤਿਕ ਸਟੰਟ ਦੇ ਰੂਪ ਦੇ ਵਿੱਚ ਇੱਕ ਮੋਰਚਾ ਖਤਮ ਕੀਤਾ ਗਿਆ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੋਰਚੇ ਲੱਗੇ, ਲੇਕਿਨ ਮਸਲਾ ਉੱਥੇ ਦਾ ਉੱਥੇ ਹੈ। ਲੇਕਿਨ ਮੇਰਾ ਸਟੈਂਡ, ਮੈਂ ਜਿੱਥੇ ਸੀਗਾ 2021 ਦੇ ਵਿੱਚ ਜਦੋਂ ਮੈਂ IPS ਦੀ ਨੌਕਰੀ ਛੱਡੀ ਸੀ, ਉਦੋਂ ਮੈਂ ਆਮ ਆਦਮੀ ਪਾਰਟੀ ਵੀ ਨਹੀਂ ਜੁਆਇਨ ਕੀਤੀ ਸੀ, ਲੇਕਿਨ ਜੋ ਮੇਰਾ ਸਟੈਂਡ ਉਸ ਦਿਨ ਸੀਗਾ, ਆਜ ਵੀ ਮੈਂ ਉਸੇ ਸਟੈਂਡ 'ਤੇ ਹਾਂ ਅਤੇ ਹਮੇਸ਼ਾ ਉਸ ਸਟੈਂਡ 'ਤੇ ਹੀ ਰਹਾਂਗਾ। ਕੋਈ ਇਹ ਨਾ ਕਹਿ ਸਕੇ ਕਿ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ, ਆਪਣੀ ਸਰਕਾਰ ਬਣਾ ਕੇ ਕੁੰਵਰ ਵਿਜੇ ਪ੍ਰਤਾਪ ਮੁੱਦੇ ਤੋਂ ਪਾਸੇ ਹੋ ਗਏ। ਨਹੀਂ, ਇਸ ਤਰ੍ਹਾਂ ਦਾ ਕੰਮ ਮੈਂ ਨਹੀਂ ਕਰ ਸਕਦਾ। ਮੈਂ ਉਸ ਮੁੱਦੇ ਦੇ ਨਾਲ ਉਸ ਸਟੈਂਡ 'ਤੇ, ਸੇਮ ਉਸੇ ਸਟੈਂਡ 'ਤੇ ਆਜ ਵੀ ਹਾਂ। ਦੇਖੋ, ਅੱਜ ਵੀ ਜਦੋਂ ਇਹ ਕਿਹਾ ਜਾ ਰਿਹਾ ਹੈ ਸਰਕਾਰੀ ਤੰਤਰ ਵੱਲੋਂ ਕਿ ਇਨਵੈਸਟੀਗੇਸ਼ਨ ਹੋ ਗਿਆ ਅਤੇ ਹੁਣ ਅਦਾਲਤਾਂ ਦਾ ਕੰਮ ਹੈ, ਦੇਖੋ ਅੰਗਰੇਜ਼ ਸਰਕਾਰ ਨੇ ਜੋ ਕ੍ਰਿਮੀਨਲ ਜਸਟਿਸ ਸਿਸਟਮ ਬਣਾਇਆ ਸੀ, ਉਸ ਸਿਸਟਮ ਦੇ ਤਹਿਤ ਇਨਸਾਫ਼ ਮਿਲਣਾ ਨਹੀਂ ਹੈ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਹਾਂ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਲੇਕਿਨ ਦੇਖੋ ਤਫਤੀਸ਼ ਕੀ ਹੋਈ। ਮੈਂ ਸਿਰਫ ਬਹਿਬਲ ਕਲਾਂ ਫਾਇਰਿੰਗ ਦੀ ਗੱਲ ਕਰਦਾ ਹਾਂ, ਜੋ ਤਫਤੀਸ਼ ਮੈਂ ਛੱਡ ਕੇ ਆਇਆ ਸੀ, ਤਫਤੀਸ਼ ਉੱਥੇ ਦੀ ਉੱਥੇ ਹੈ। SHO ਤੋਂ ਲੈ ਕੇ 2 ਪ੍ਰਾਈਵੇਟ ਵਿਅਕਤੀ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਜਿਪਸੀ 'ਤੇ ਫਾਇਰਿੰਗ ਕੀਤੀ ਗਈ ਅਤੇ ਜਿਨ੍ਹਾਂ ਦਾ ਗਨ ਆਇਆ, ਅਤੇ DGP ਤੱਕ ਨੂੰ ਮੈਂ ਚਲਾਨ ਕਰ ਦਿੱਤਾ ਸੀ ਅਤੇ ਸਟੇਟਸ ਰਿਪੋਰਟ ਦਾਖਲ ਹੋਈ। ਸਟੇਟਸ ਰਿਪੋਰਟ ਹੈ, ਉਹ ਚਲਾਨ ਨਹੀਂ ਹੈ, ਕਿਸੇ ਨਵੇਂ ਵਿਅਕਤੀ ਨੂੰ ਚਲਾਨ ਨਹੀਂ ਕੀਤਾ ਗਿਆ। ਗਲਤ ਇਹ ਸੀਗੀ ਕਿ ਦੋਸ਼ੀ ਪਰਿਵਾਰ ਦੇ ਦੋਸ਼ੀ ਵਿਅਕਤੀਆਂ ਨੂੰ ਉਹਦੇ ਵਿੱਚ ਚਲਾਨ ਕੀਤਾ ਜਾਵੇ, ਲੇਕਿਨ ਇਹ ਕਿਹਾ ਗਿਆ ਕਿ ਹੁਣ ਅਦਾਲਤਾਂ ਦਾ ਕੰਮ ਰਹਿ ਗਿਆ। ਲੇਕਿਨ ਤੁਸੀਂ ਦੇਖੋ, ਇੱਕ ਐਪਲੀਕੇਸ਼ਨ ਹੁਣ ਗਵਾਹਾਂ ਵੱਲੋਂ ਮੋਰਚੇ ਵਾਲਿਆਂ ਨੇ 6 ਮਹੀਨਾ ਪਹਿਲਾਂ ਫਰੀਦਕੋਟ ਦੀ ਮਾਨਯੋਗ ਅਦਾਲਤ ਦੇ ਵਿੱਚ ਦਿੱਤਾ ਐਪਰੂਵਰ ਦੇ ਬਾਰੇ। 3 ਸਾਲ ਬਾਅਦ ਐਪਲੀਕੇਸ਼ਨ ਦੇ ਰਹੇ ਨੇ, ਉਦੋਂ ਅੱਗੇ ਅੱਗੇ ਚੱਲ ਕੇ ਐਪਰੂਵਰ ਜਦੋਂ ਬਣਾਏ ਜਾ ਰਹੇ ਸੀ, ਔਰ ਉਦੋਂ ਉਹਨਾਂ ਦੇ ਹੀ ਪਰਿਵਾਰ ਦੇ, ਉਹਨਾਂ ਦੇ ਚਾਚਾ ਨੇ ਜਦੋਂ ਕਿਹਾ ਕਿ ਐਪਰੂਵਰ ਨਾ ਬਣਾਇਆ ਜਾਵੇ, ਤਾਂ ਉਦੋਂ ਇਹ ਕਹਦੇ ਸੀ ਕਿ ਨਹੀਂ ਜੀ, ਇਹ ਪਰਿਵਾਰਿਕ ਵਿਵਾਦ ਕਰਕੇ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ, ਐਪਰੂਵਰ ਬਣਾਇਆ ਜਾਵੇ। ਇਹ ਸਾਰਾ ਕੁਛ ਮੇਰੇ ਕੋਲ, ਦੇਖੋ ਸਾਰਾ ਕੁਛ ਮੇਰੇ ਕੋਲ ਐਵੀਡੈਂਸ ਹੈ, A to Z ਹਰ ਚੀਜ਼ ਅਸੀਂ ਅਦਾਲਤ ਦੇ ਵਿੱਚ ਰੱਖਾਂਗੇ। ਮੈਂ ਇਹ ਵੀ ਕਹਾਂਗਾ ਕਿ ਜਿਹੜੇ ਸਰਕਾਰੀ ਵਕੀਲ ਨੇ 6 ਮਹੀਨੇ ਤੋਂ ਸਿਰਫ ਇਹ ਨਹੀਂ ਕਹਿ ਪਾਏ ਅਦਾਲਤ ਦੇ ਵਿੱਚ
ਆਹ ਦੇਖੋ ਕ੍ਰਿਮੀਨਲ ਪ੍ਰੋਸੀਜਰ ਕੋਡ, ਕ੍ਰਿਮੀਨਲ ਪ੍ਰੋਸੀਜਰ ਕੋਡ, ਔਰ ਇਹ ਕਿਤਾਬ ਸਭ ਤੋਂ ਔਥੈਂਟਿਕ ਕਿਤਾਬ ਮੰਨੀ ਜਾਂਦੀ ਹੈ। ਤੇ ਇਹਦਾ ਸੈਕਸ਼ਨ ਹੈ ਜੀ 362। 362 ਦੇ ਵਿੱਚ ਕਲੀਅਰ ਕੱਟ ਹੈ ਕਿ ਕੋਈ ਵੀ ਕ੍ਰਿਮੀਨਲ ਕੋਰਟ ਆਪਣੇ ਹੀ ਫੈਸਲੇ ਨੂੰ ਰਿਵਿਊ ਨਹੀਂ ਕਰ ਸਕਦੀ, ਅਲਟਰ ਨਹੀਂ ਕਰ ਸਕਦੀ। ਫੈਸਲਾ ਚਾਹੇ ਉਹ ਜਜਮੈਂਟ ਹੋਵੇ, ਫੈਸਲਾ ਚਾਹੇ ਉਹ ਆਰਡਰ ਹੋਵੇ, ਲੇਕਿਨ ਇਹੀ ਚੀਜ਼ ਇੱਕ ਲਾਈਨ ਸਾਡੇ ਸਰਕਾਰੀ ਵਕੀਲ ਨਹੀਂ ਬੋਲ ਪਾ ਰਹੇ ਨੇ। ਇੱਕ ਨਹੀਂ ਅਨੇਕ ਮਾਨਯੋਗ ਸੁਪਰੀਮ ਕੋਰਟ ਦੇ ਇਹਦੇ ਉੱਤੇ ਆਰਡਰਸ ਵੀ ਆਏ ਨੇ, ਔਰ ਜਿਸ ਮੈਟਰ ਨੂੰ ਮਾਨਯੋਗ ਹਾਈ ਕੋਰਟ ਨੇ 4 ਜੁਲਾਈ 2022 ਨੂੰ ਕਲੀਅਰ ਕਰ ਦਿੱਤਾ ਕਿ ਹੁਣ ਇਸ ਦੇ ਉੱਤੇ ਟਰਾਇਲ ਹੋਣਾ ਚਾਹੀਦਾ ਹੈ। ਟਰਾਇਲ ਤਾਂ ਹੋ ਨਹੀਂ ਰਿਹਾ ਹੈ। ਟਰਾਇਲ ਨੂੰ ਡਿਲੇਅ ਕਰਾਉਣ ਵਾਸਤੇ, ਦੋਸ਼ੀਆਂ ਨੂੰ ਫਾਇਦਾ ਕਰਾਉਣ ਵਾਸਤੇ ਵੱਖਰੇ ਵੱਖਰੇ ਕਿਸਮ ਦੇ ਐਪਲੀਕੇਸ਼ਨ ਟਰਾਇਲ ਕੋਰਟ ਦੇ ਵਿੱਚ ਦਿੱਤੇ ਜਾ ਰਹੇ ਨੇ। ਹਲੇ ਤੱਕ ਚਾਰਜ ਫਰੇਮ ਨਹੀਂ ਹੋਇਆ, ਜਦਕਿ 4 ਜੁਲਾਈ 2022 ਨੂੰ ਮਾਨਯੋਗ ਹਾਈ ਕੋਰਟ ਨੇ ਕਿਹਾ ਸੀ ਕਿ ਇਹਦੇ ਉੱਤੇ ਚਾਰਜ ਫਰੇਮ ਹੋਵੇ, ਟਰਾਇਲ ਸ਼ੁਰੂ ਕੀਤਾ ਜਾਵੇ। ਹੁਣ ਤੁਸੀਂ ਦੇਖੋ, ਜਦੋਂ CRPC ਕ੍ਰਿਮੀਨਲ ਪ੍ਰੋਸੀਜਰ ਕੋਡ ਦਾ ਸੈਕਸ਼ਨ 362 ਹੈ, ਜੇਕਰ ਸਰਕਾਰੀ ਵਕੀਲ ਇੱਕ ਲਾਈਨ ਬੋਲ ਦਿੰਦੇ ਕਿ 362 ਸੈਕਸ਼ਨ ਜਿਹੜਾ CRPC ਦਾ ਹੈ ਇਹਦੇ ਵਿੱਚ ਇਹ ਅਲਾਊ ਨਹੀਂ ਹੈ, ਉਹ ਐਪਲੀਕੇਸ਼ਨ ਉਦੋਂ ਹੀ ਖਾਰਿਜ ਹੋ ਜਾਣਾ ਸੀ। ਦੂਸਰੀ ਗੱਲ, ਮੇਰੇ ਤੇ ਵੀ ਇਲਜ਼ਾਮ ਲਗਾਇਆ ਗਿਆ ਹੈ ਉਹਦੇ ਵਿੱਚ ਕਿ ਇਹਨਾਂ ਨੇ ਗਲਤ ਬਣਾਇਆ, ਲੇਕਿਨ ਦੇਖੋ ਅਪਰੂਵਰ ਬਣਾਉਣ ਦਾ ਕੰਮ, ਵਾਇਦਾ ਮਾਫ਼ ਗਵਾਹ ਬਣਾਉਣ ਦਾ ਕੰਮ ਇਹ ਸਿਰਫ ਤੇ ਸਿਰਫ ਅਦਾਲਤ ਦਾ ਹੁੰਦਾ ਹੈ। ਤੇ ਉਸ ਆਰਡਰ ਦੇ ਵਿੱਚ ਵੀ ਅਦਾਲਤ ਨੇ ਕਲੀਅਰ ਕੱਟ ਲਿਖਿਆ ਹੈ, ਮੇਰੇ ਕੋਲ ਕਾਪੀ ਵੀ ਹੈ, ਔਰ ਇਹ ਕਾਪੀ ਨੈਟ ਤੇ ਅਵੇਲੇਬਲ ਹੈ, ਜੋ ਈ ਕੋਰਟਸ ਕਰਕੇ ਜਿਹੜਾ ਸਾਡਾ ਐਪ ਹੈ ਉਹਦੇ ਉੱਤੇ ਸਾਰਾ ਚੀਜ਼ ਅਵੇਲੇਬਲ ਹੈ, ਤੁਸੀਂ ਦੇਖ ਸਕਦੇ ਹੋ। ਕਲੀਅਰ ਕੱਟ ਉਸ ਦੇ ਵਿੱਚ ਹੈ ਕਿ ਕਿਸੇ ਨੂੰ ਪਾਰਡਨ ਕਰਨ ਦਾ, ਅਪਰੂਵਰ ਬਣਾਉਣ ਦਾ ਕੰਮ ਸਿਰਫ ਤੇ ਸਿਰਫ ਅਦਾਲਤ ਦਾ ਹੈ, ਤੇ ਇਹ ਮਸਲਾ ਅਦਾਲਤ ਤੇ ਉਹ ਵਾਇਦਾ ਮਾਫ਼ ਗਵਾਹ ਦੇ ਵਿੱਚ ਦਾ ਹੈ। ਤੇ ਮੈਂ ਜਦੋਂ ਮੈਨੂੰ ਬੁਲਾਇਆ ਗਿਆ, ਮੈਂ ਉੱਥੇ ਗਿਆ, ਮੈਂ ਆਪਣੀ ਰਜ਼ਾਮੰਦੀ ਦਿੱਤੀ। ਲੇਕਿਨ ਮੈਂ ਇਹ ਕਹਿ ਰਿਹਾ ਕਿ ਠੀਕ ਹੈ, ਜੇਕਰ ਵਾਇਦਾ ਮਾਫ਼ ਗਵਾਹ ਨਹੀਂ ਬਣਾਉਣਾ ਸੀ ਤਾਂ ਉਦੋਂ ਦੀ ਸਰਕਾਰ ਨੇ ਰਜ਼ਾਮੰਦੀ ਕਿਉਂ ਦਿੱਤੀ? ਤੇ ਬਾਅਦ ਦੇ ਵਿੱਚ ਜਦੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਆਇਆ, ਸਰਕਾਰ ਦਾ ਪ੍ਰੋਸੀਕਿਊਸ਼ਨ ਸੈਂਕਸ਼ਨ ਵੀ ਹੈ ਇਹਦੇ ਵਿੱਚ, ਤੁਸੀਂ ਦੇਖ ਸਕਦੇ ਹੋ, ਸਾਰਾ ਕੁਛ ਹੈ, A to Z ਸਾਡੇ ਕੋਲ ਹਰ ਡਾਕੂਮੈਂਟ ਮੌਜੂਦ ਹੈ। ਲੇਕਿਨ ਸਰਕਾਰੀ ਵਕੀਲ, ਸਰਕਾਰੀ ਤੰਤਰ ਅਦਾਲਤ ਦੇ ਵਿੱਚ ਬੋਲਦੇ ਕਿਉਂ ਨੇ? ਇਹੀ ਸਵਾਲ ਮੈਂ ਅੱਜ ਕਰਨਾ ਚਾਹੁੰਦਾ ਹਾਂ। ਤੇ ਜਦੋਂ ਡੇਟ ਆਏਗਾ, ਅਸੀਂ ਹਰ ਡੇਟ ਤੇ ਦੇਖੋ ਆਪਣਾ ਨਿੱਜੀ ਵਕੀਲ ਲੈ ਕੇ ਜਾ ਰਹੇ ਹਾਂ, ਤਾਂ ਅਸੀਂ, ਇਹ ਸਾਡੀ ਲੜਾਈ ਹੈ, ਔਰ ਮੈਂ ਸਮਝਦਾ ਹਾਂ ਕਿ ਹੁਣ ਇਹ ਮੇਰੀ ਨਿੱਜੀ ਹੀ ਲੜਾਈ ਬਣ ਗਈ ਹੈ। ਇੱਕ ਚੀਜ਼ ਲੇਕਿਨ ਮੈਂ ਕਲੀਅਰ ਕਰਾਂਗਾ ਕਿ ਅੱਜ ਤੁਸੀਂ ਦੇਖੋਗੇ ਕਿ ਦੋਸ਼ੀ ਗਵਾਹ